ਸਾਰੇ ਜਿੰਨੇ ਹਾਲ ਦੇ ਵਿੱਚ ਸਕੂਲ ਦੇ ਪ੍ਰਬੰਧਕ ਲੋਕਲ ਕਮੇਟੀਜ਼ ਔਰ ਜੋ ਇੱਥੇ ਗੈਸਟ ਬੁਲਾਏ ਹਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅਸੀਂ ਇਹ ਸਾਰੇ ਪ੍ਰੋਗਰਾਮ ਦੇ ਵਾਸਤੇ ਇਕੱਠੇ ਹੋਏ ਹਾਂ, ਮੈਂ ਵੀ ਬੰਬੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਈ ਹਾਂ। ਇਹ ਜੋ ਪੰਜਾਬੀ ਮਾਂ ਬੋਲੀ ਅਸੀਂ ਕਿਉਂ ਭੁੱਲ ਗਏ ਹਾਂ, ਵਿਸ਼ੇ ਤਾਂ ਬਹੁਤ ਲੰਬੇ ਹਨ ਲੇਕਿਨ ਜਿੰਨੇ ਸ਼ਾਰਟ ਦੇ ਵਿੱਚ ਬੋਲੇ ਜਾਣ ਉਨੇ ਹੀ ਚੰਗੇ ਹਨ। ਜਿੰਨੇ ਹੁਣ ਸਾਡੇ ਕੋਲ ਇਸ ਟਾਈਮ 'ਤੇ ਬਜ਼ੁਰਗ ਬੈਠੇ ਹਨ, ਮੇਰੀ ਵੀ 50+ ਏਜ ਹੈ, ਜਦੋਂ ਅਸੀਂ ਪੰਜਾਬ ਦੇ ਵਿੱਚ ਬਚਪਨ ਆਪਣਾ ਬਿਤਾਇਆ, ਮੈਂ ਵੀ ਇੱਕ ਗੌਰਮੈਂਟ ਜੋਬ ਕਰਦੀ ਬੰਬੇ ਦੇ ਵਿੱਚ ਗਈ ਸੀ। ਜਦੋਂ ਅਸੀਂ 84 ਤੋਂ ਬਾਅਦ ਫਿਰ ਮੇਰੇ ਇਨ-ਲੋਜ਼ ਬੰਬੇ ਸ਼ਿਫਟ ਹੋ ਗਏ, ਮੈਨੂੰ ਜੋਬ ਛੱਡਣੀ ਪਈ ਅਤੇ ਸਾਨੂੰ ਜਾ ਕੇ ਅੱਛਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਗੌਰਮੈਂਟ ਜੋਬ ਕਰਦੀ ਸੀ, ਮੈਨੂੰ ਪੰਜਾਬੀ ਆਉਂਦੀ ਸੀ। ਮੈਂ ਉਸ ਪੰਜਾਬੀ ਦੇ ਜ਼ੋਰ ਦੇ ਉੱਤੇ ਜਾ ਕੇ ਪੰਜਾਬੀ ਦਾ ਪ੍ਰਚਾਰ ਚਾਲੂ ਕਰ ਦਿੱਤਾ। ਸਾਨੂੰ ਮਾਣ ਹੁੰਦਾ ਹੈ, ਮੈਨੂੰ ਦੂਜੀਆਂ ਭਾਸ਼ਾਵਾਂ ਜਿੰਨੀਆਂ ਇੰਗਲਿਸ਼ ਹਿੰਦੀ ਸੀ ਆਉਂਦੀ ਸੀ, ਪਤਾ ਹੀ ਨਹੀਂ ਕਿੱਦਾਂ ਪਾਣੀ ਫਿਰ ਗਿਆ। ਜੇ ਮੈਂ ਕਿਤੇ ਬੋਲਣੀ ਵੀ ਚਾਹਵਾਂ ਨਾ ਇੰਗਲਿਸ਼ ਬੋਲਣੀ, ਮੈਂ ਤਾਂ ਵੀ ਬੋਲ ਨਹੀਂ ਸਕਦੀ। ਮਹਾਰਾਜ ਨੇ ਉਹ ਸਾਰੀ ਉੱਤੇ ਪਾਣੀ ਪਾ ਦਿੱਤਾ। ਜਦੋਂ ਅਸੀਂ ਉਸ ਵਿਸ਼ੇ 'ਤੇ ਆਈਏ, ਜਿੱਦਾਂ ਅਸੀਂ ਸਾਰੇ ਇਸ ਮੇਰੀ ਏਜ ਦੇ ਗਰੁੱਪ ਦੇ ਵੱਡੇ ਜਾਂ ਮੇਰੀ ਏਜ ਦੀ ਉਮਰ ਦੇ ਅਸੀਂ ਇੱਥੇ ਬੈਠੇ ਹਾਂ, ਜੋ ਸਾਡਾ ਅਸੀਂ ਪੰਜਾਬ ਦੇ ਵਿੱਚ ਕੀ ਕਰਦੇ ਹੁੰਦੇ ਸੀ, ਜਦੋਂ ਕਿਸੇ ਦਾ ਵਿਆਹ ਹੋਣਾ, ਰਾਤ ਨੂੰ ਬਰਾਤਾਂ ਆ ਜਾਣੀਆਂ, ਸਕੂਲ ਦੇ ਵਿੱਚ ਬਰਾਤਾਂ ਬੈਠ ਜਾਣੀਆਂ, ਕਿਤੇ ਨੰਗੇ ਨਾਚ ਨਹੀਂ ਹੁੰਦੇ ਸੀ। ਉਹ ਕਿੰਨੇ ਵਾਅਦਾ ਦਿੱਤਾ, ਅਸੀਂ ਦਿੱਤਾ। ਜਦੋਂ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਬੋਰੀਆਂ ਦੇ ਬਸਤੇ ਬਣਾ ਕੇ ਲੈ ਕੇ ਜਾਂਦੇ ਸਨ, ਟਾਟਾਂ ਉੱਤੇ ਜਾ ਕੇ ਬੈਠਦੇ ਸਨ, ਅਸੀਂ ਆਪਣੀ ਫੱਟੀ ਲੈ ਕੇ ਜਾਂਦੇ ਸਨ, ਅਤੇ ਸਾਨੂੰ ਉਦੋਂ 6ਵੀਂ ਦੇ ਵਿੱਚ ਜਾ ਕੇ ਇੰਗਲਿਸ਼ ਲੱਗਦੀ ਹੁੰਦੀ ਸੀ, ਏ ਬੀ ਸੀ ਸਿੱਖਣ ਵਾਸਤੇ ਅਸੀਂ ਜੁੱਤੀਆਂ ਖਾਂਦੇ ਹੁੰਦੇ ਸੀ। ਉਦੋਂ ਸਾਡੇ ਫੌਜ ਦੇ ਵਿੱਚ ਜਿੰਨੇ ਗਸਟਡ ਆਫਿਸਰ ਸਾਡੇ ਪੰਜਾਬੀ ਭਰਾ ਹੁੰਦੇ ਸਨ, ਵੱਡੀਆਂ ਪੋਸਟਾਂ ਦੇ ਵਿੱਚ ਪੰਜਾਬੀ ਆਫਿਸਰ ਸਾਡੇ ਪੰਜਾਬੀ ਭਰਾ ਹੁੰਦੇ ਸਨ, ਅੱਜ ਤੁਸੀਂ ਸਾਰੇ ਲਿਸਟਾਂ ਦੇਖੋ ਕਿਤੇ ਤੁਹਾਡਾ ਨਾਂ ਆਉਂਦਾ? ਅਸੀਂ ਜਿੱਦਾਂ ਪੰਜਾਬੋਂ ਬਾਹਰ ਬੈਠੇ ਹਾਂ, ਅਸੀਂ ਆਪਣੇ ਘਰਾਂ 'ਚ ਪੰਜਾਬੀ ਬੋਲਦੇ ਹਾਂ, ਅਸੀਂ ਐਤਵਾਰ ਦੇ ਐਤਵਾਰ ਬੰਬੇ ਦੇ ਵਿੱਚ, ਹਰ ਬੰਬੇ ਦੇ ਵਿੱਚ ਸਾਡੇ ਬੱਚੇ ਜਿੰਨੇ ਸਿੱਖਾਂ ਦੇ ਹਨ ਪੰਜਾਬੀ ਦੀਆਂ ਕਲਾਸਾਂ ਲੈਂਦੇ ਹਨ, ਅਸੀਂ ਉਹਨਾਂ ਨੂੰ ਪੰਜਾਬੀ ਪੜ੍ਹਾਉਂਦੇ ਹਾਂ, ਬੜੇ ਮਾਣ ਦੇ ਨਾਲ ਅਸੀਂ ਉਹਨਾਂ ਨੂੰ ਤਿਆਰ ਕਰਦੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਪੰਜਾਬ ਹੈ, ਜਿਹੜਾ ਸਾਡਾ ਯੂਥ ਹੈ, ਜੋ ਅੱਜ ਬੱਚਾ ਇੱਥੇ ਸਟੇਜ ਦੇ ਉੱਤੇ ਪਰਫਾਰਮੈਂਸ ਦੇ ਰਿਹਾ ਹੈ, ਮੈਂ ਇੱਕ ਗੁਰਦੁਆਰੇ ਦੀ ਪ੍ਰਬੰਧਕ ਹਾਂ, 99% ਉਹਨਾਂ ਬੱਚਿਆਂ ਨੂੰ ਬੰਬੇ ਦੇ ਵਿੱਚ ਮੈਂ ਸੈੱਟ ਕਰਦੀ ਹਾਂ, ਜਿਹੜੇ 16-17 ਸਾਲ ਦੇ ਬੱਚੇ ਕੀਰਤਨ ਸਿੱਖ ਕੇ ਜਾਂਦੇ ਹਨ ਜਾਂ ਗ੍ਰੰਥੀ ਸਿੰਘ ਹੁੰਦੇ ਹਨ, ਮੋਸਟਲੀ ਲੁਧਿਆਣਾ ਡਿਸਟ੍ਰਿਕਟ ਦੇ, ਵੈਸੇ ਮੈਂ ਗੁਰਦਾਸਪੁਰ ਦੀ ਹਾਂ ਲੇਕਿਨ ਮੋਸਟਲੀ ਮੇਰਾ ਸਟਾਫ ਜਿਹੜਾ ਸਾਰਾ ਜਗਰਾਉਂ ਡਿਸਟ੍ਰਿਕਟ ਦਾ ਹੁੰਦਾ ਹੈ, ਲੁਧਿਆਣੇ ਡਿਸਟ੍ਰਿਕਟ ਦਾ। ਅੱਜ ਵੀ ਮੈਂ ਹੁਣ ਜਗਰਾਉਂ ਹੀ ਜਾ ਰਹੀ ਹਾਂ, ਮੈਨੂੰ ਉੱਥੇ ਕਮੇਟੀ ਨੇ ਬੁਲਾਇਆ ਹੈ। ਜਿਸ ਤਰ੍ਹਾਂ ਇਹ ਬੱਚਾ ਹੈ, ਅਸੀਂ ਜਦੋਂ ਪੰਜਾਬੋਂ ਬਾਹਰ ਦੇਖਦੇ ਹਾਂ ਬੈਠੇ, ਸਾਨੂੰ ਕਿਉਂਕਿ ਸਾਡੀਆਂ ਜੜ੍ਹਾਂ ਪੰਜਾਬ ਦੇ ਵਿੱਚ ਹਨ, ਜਿੱਦਾਂ ਇੱਕ ਮਾਂ ਆਪਣੇ ਬੱਚੇ ਨੂੰ ਪੇਟ ਦੇ ਵਿੱਚ ਪਾਲ ਕੇ ਬੱਚਾ ਇੰਨਾ ਵੱਡਾ ਪੈਦਾ ਕਰਦੀ ਹੈ। ਅਸੀਂ ਬੇਸ਼ੱਕ ਅਸੀਂ ਜਿੱਥੇ ਮਰਜ਼ੀ ਜਾ ਕੇ ਸੈੱਟ ਗਏ ਹੋ ਗਏ ਹਾਂ ਆਪਣੇ ਰੁਜ਼ਗਾਰ ਵਾਸਤੇ, ਆਪਣੇ ਪੈਸਿਆਂ ਦੀਆਂ ਕਮਾਈਆਂ ਵਾਸਤੇ, ਲੇਕਿਨ ਸਾਡੀਆਂ ਜੜ੍ਹਾਂ ਤਾਂ ਪੰਜਾਬ ਦੇ ਵਿੱਚ ਸੀ। ਲੇਕਿਨ ਜਦੋਂ ਅਸੀਂ ਯੂਥ ਨੂੰ ਦੇਖਦੇ ਹਾਂ, ਸਾਨੂੰ ਦੁੱਖ ਹੁੰਦਾ ਹੈ ਜਦੋਂ ਅਸੀਂ ਐਤਵਾਰ ਦੇ ਐਤਵਾਰ, ਹਰ ਸਿੱਖ ਬੰਬੇ ਦੇ ਵਿੱਚ ਇੱਕ ਰਿਵਾਜ਼ ਹੈ ਕਿ ਹਰ ਸਿੱਖ ਬੱਚੇ ਤੋਂ ਛੋਟੇ ਤੋਂ ਲੈ ਕੇ ਬੁੱਢੇ ਤੱਕ ਬਜ਼ੁਰਗ, ਅਸੀਂ ਸਾਰੇ ਐਤਵਾਰ ਦਾ ਪੂਰਾ ਦਿਨ ਗੁਰੂ ਘਰਾਂ ਦੇ ਵਿੱਚ ਸਪੈਂਡ ਕਰਦੇ ਹਾਂ। ਪਹਿਲੇ ਸਾਡੀਆਂ ਪੰਜਾਬੀ ਦੀਆਂ ਕਲਾਸਿਸ ਹੁੰਦੀਆਂ ਹਨ, ਫਿਰ ਅਸੀਂ ਹੱਥੀਂ ਲੰਗਰ ਤਿਆਰ ਕਰਕੇ ਕੀਰਤਨ ਦਰਬਾਰ ਲੱਗਦੇ ਹਨ, ਹਰ ਐਤਵਾਰ ਤਾਂ ਅਸੀਂ ਸਾਰੇ ਦੁੱਖ ਤੋਂ ਇਕੱਠੇ ਹੋ ਕੇ ਫੁੱਲਦੇ ਹਾਂ। ਸਾਨੂੰ ਦੁੱਖ ਲੱਗਦਾ ਹੈ ਪੰਜਾਬ ਦਾ, ਪੰਜਾਬ ਦਾ ਯੂਥ ਹੈ ਜੋ ਸਿਰਫ ਝੰਡੀਆਂ ਲਾਉਣ ਜੋਗਾ ਰਹਿ ਗਿਆ। ਕਈਆਂ ਨੂੰ ਵਿੱਚ ਗੁੱਸਾ ਵੀ ਲੱਗੇਗਾ ਕਿਉਂਕਿ ਅਸੀਂ ਪੋਲੀਟੀਸ਼ੀਅਨ ਨਹੀਂ ਹਾਂ, ਅਸੀਂ ਪੰਜਾਬ ਦੇ ਵਸਨੀਕ ਹਾਂ। ਅਸੀਂ ਕਿਉਂ ਆਪਣੇ ਯੂਥ ਨੂੰ ਨਹੀਂ ਸੰਭਾਲਿਆ? ਜੇ ਅਸੀਂ ਮਾਂ ਬੋਲੀ ਨਹੀਂ ਸੰਭਾਲੀ, ਅਸੀਂ ਮਾਂ ਬੋਲੀ ਤੋਂ ਬਿਨਾਂ ਰੁਲ ਗਏ, ਉਸੇ ਤਰ੍ਹਾਂ ਅਸੀਂ ਯੂਥ ਨਹੀਂ ਸੰਭਾਲ ਸਕੇ। ਕਿਤੇ ਰੈਲੀਆਂ ਹੋਣ, ਅਸੀਂ ਨਿਊਜ਼ ਵਿੱਚ ਇੱਕੋ ਹੀ ਚੀਜ਼ਾਂ ਦੇਖਦੇ ਹਾਂ, ਸਿਰਫ ਯੂਥ ਨੇ ਝੰਡੀਆਂ ਮੋਟਰਸਾਈਕਲਾਂ 'ਤੇ ਬੁਲਟਾਂ 'ਤੇ ਲਗਾਈਆਂ ਹੋਣਗੀਆਂ ਅਤੇ ਯੂਥ ਉੱਥੇ ਤੁਰਿਆ ਜਾਏਗਾ। ਸਿੱਖੋ, ਇੰਨੀ ਤੁਹਾਡੀ ਬੁਰੀ ਹਾਲਤ ਹੈ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ,
ਸਾਡੀਆਂ ਕੁੜੀਆਂ ਇੰਨੀਆਂ ਪੜ੍ਹ ਲਿਖ ਗਈਆਂ। ਮੈਂ ਅੱਜ ਵੀ ਇੱਥੇ ਬੈਠੀ ਸੀ, ਮੈਂ ਕੱਲ੍ਹ ਪਟਿਆਲੇ ਆਈ ਸੀ, ਮੈਨੂੰ ਰਾਤ ਨੂੰ ਫੋਨ ਆਇਆ, ਚੰਡੀਗੜ੍ਹ ਤੋਂ ਇੱਕ ਫੈਮਿਲੀ ਵਿਆਹ ਕਰਨ ਵਾਸਤੇ ਬੰਬੇ ਗਈ ਹੈ, ਭੈਣ ਜੀ ਅਸੀਂ ਫੇਰੇ ਕਰਨਾ ਚਾਹੁੰਦੇ ਹਾਂ, ਅਸੀਂ ਨਹੀਂ ਕਰਦੇ ਇੰਟਰਕਾਸਟ ਮੈਰਿਜ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਬਹੁਤ ਪਹਿਲੇ ਇੱਕ ਫਰਮਾਨ ਆਇਆ ਸੀ ਕਿ ਤੁਸੀਂ ਵਿਆਹ ਨਹੀਂ ਕਰਨੇ। ਫਿਰ ਜਾ ਕੇ ਜੋ ਸਾਨੂੰ ਸਿੱਖ ਕਹਿੰਦੇ ਹਨ, ਅਸੀਂ ਤਾਂ ਪੰਜਾਬ ਦੇ ਵਿੱਚ ਸਾਡੇ ਹੁੰਦੇ ਹਨ, ਅਸੀਂ ਪੰਜਾਬੋਂ ਬੈਠੇ ਬਾਹਰ ਹਰ ਚੀਜ਼ ਦੇ ਉੱਤੇ ਪਹਿਰਾ ਦਿੰਦੇ ਹਾਂ। ਫਿਰ ਉਹਨਾਂ ਪੇਰੈਂਟਸ ਦੇ ਬਜ਼ੁਰਗਾਂ ਦੇ ਅੱਖਾਂ 'ਚੋਂ ਅੱਥਰੂ ਆਉਂਦੇ ਹਨ ਕਿ ਭੈਣ ਜੀ ਅਸੀਂ ਕਿਉਂ ਇੰਟਰਕਾਸਟ ਮੈਰਿਜ ਕਰਦੇ ਹਾਂ, ਜੇ ਅੱਜ ਸਾਡੀ ਬੇਟੀ ਹੈ, ਕੱਲ੍ਹ ਜਿਨ੍ਹਾਂ ਦਾ ਮੈਨੂੰ ਫੋਨ ਆਇਆ ਮੇਰੀ ਲੜਕੀ 7 ਲੱਖ ਰੁਪਇਆ ਤਨਖਾਹ ਲੈ ਰਹੀ ਹੈ ਕੋਈ ਪੰਜਾਬ 'ਚ ਮੁੰਡਾ ਜਿਹੜੀਆਂ ਇੰਨੀਆਂ ਤਨਖਾਹਾਂ ਦੇ ਮਾਲਕ ਹੋਣ, ਇੰਨੀਆਂ ਪੜ੍ਹਾਈਆਂ ਦੇ ਮਾਲਕ ਹੋਣ। ਸਿੱਖੋ, ਸਿੱਖੀ ਵੀ ਰੋਲ ਦਿੱਤੀ ਤੁਸੀਂ, ਦਸਤਾਰਾਂ ਵੀ ਰੋਲ ਦਿੱਤੀਆਂ, ਪੰਜਾਬੀ ਮਾਂ ਬੋਲੀ ਵੀ ਰੋਲ ਦਿੱਤੀ। ਅਸੀਂ ਜਦੋਂ ਉੱਥੇ ਬੈਠਦੇ, ਮੈਂ ਕਿਤੇ ਵੀ ਸਪੀਚ ਦਿੰਦੀ ਹਾਂ, ਮੈਂ ਕਹਿੰਦੀ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਕਦੀ ਬਲਾਤਕਾਰ ਹੋ ਨਹੀਂ ਸਕਦਾ, ਲੇਕਿਨ ਸਾਨੂੰ ਉਹ ਵੀ ਖਬਰਾਂ ਮਿਲਣ ਲੱਗ ਗਈਆਂ, ਕਿਸੇ ਭਈਏ ਦੀ ਕਿਉਂ ਹਿੰਮਤ ਪਏ ਸਾਡੇ ਪੰਜਾਬ ਦੇ ਵਿੱਚ ਆ ਕੇ ਕਿਸੇ ਕੁੜੀ ਦਾ ਬਲਾਤਕਾਰ ਕਰ ਦੇਣ। ਅਸੀਂ ਅਵੇਸਲੇ ਹੋ ਗਏ, ਅਸੀਂ ਆਪਣਾ ਘਰ ਬਾਰ ਭੁੱਲ ਗਏ, ਅਸੀਂ ਸਿਰਫ ਇੱਕ ਝੰਡੀਆਂ ਚੁੱਕਣ ਜੋਗੇ ਸਿੱਖ ਰਹਿ ਗਿਆ। ਕੋਈ ਸਾਨੂੰ ਨਸ਼ਾ ਲਗਾ ਕੇ ਦੱਸੇ, ਕੋਈ ਮੈਨੂੰ ਕਹੇ ਤੂੰ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ, ਕੋਈ ਮੈਨੂੰ ਕਹੇ ਤੂੰ ਵਾਲ ਕੱਟ, ਕਿਉਂ ਸਿੱਖੀ ਨੂੰ ਕਾਣ ਲੱਗਾ ਪੰਜਾਬ ਦੇ ਵਿੱਚ? ਇਹ ਸਿੱਖਾਂ ਦੀਆਂ ਕਮਜ਼ੋਰੀਆਂ, ਅਸੀਂ ਬਾਹਰ ਕਿਸੇ ਨੂੰ ਨਹੀਂ ਕਹਾਂਗੇ ਸਾਡੀਆਂ ਕਮਜ਼ੋਰੀਆਂ। ਜਿੰਨਾ ਅਸੀਂ ਬਾਹਰ ਬੈਠੇ ਤੁਹਾਡੇ ਵਾਸਤੇ ਸੋਚਦੇ ਹਾਂ, ਅਸੀਂ ਦਰਦ ਰੱਖਦੇ ਹਾਂ, ਕਿਉਂ ਸਿੱਖੋ ਤੁਸੀਂ ਪੰਜਾਬ ਨੂੰ ਰੁਲਾ ਦਿੱਤਾ? ਅਸੀਂ ਤੁਹਾਨੂੰ ਪੁੱਛਦੇ ਹਾਂ, ਅਸੀਂ ਕਮੇਟੀਆਂ ਨੂੰ ਪੁੱਛਦੇ ਹਾਂ, ਚੈਨਲ ਦੇ ਥਰੂ ਅਸੀਂ ਅੱਜ ਕਮੇਟੀਆਂ ਨੂੰ ਪੁੱਛਦੇ ਹਾਂ, ਕਿਉਂ ਕਮੇਟੀਓ ਤੁਸੀਂ ਕਿਉਂ ਨਹੀਂ ਯੂਥ ਅੱਗੇ ਲੈ ਕੇ ਆ ਰਹੇ? ਅਸੀਂ ਯੂਥ ਨੂੰ ਕੀ ਦੇ ਕੇ ਜਾ ਰਹੇ ਹਾਂ? ਅਸੀਂ ਇਹਨਾਂ ਦੀ ਝੋਲੀ 'ਚ ਕੀ ਪਾ ਕੇ ਜਾ ਰਹੇ ਹਾਂ? ਸਿਗਲੀ ਘਰ ਸਿੱਖਾਂ ਦਾ ਜਿਵੇਂ ਪ੍ਰਬੰਧਕ ਕਮੇਟੀ ਇੱਕ ਨੀਂਹ ਪੱਥਰ ਰੱਖਣ ਵਾਲੀ ਬੀਬੀ ਪਹਿਲੀ, ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਨੇ ਕਿਸੇ ਜਨਾਨੀ ਨੂੰ ਕਿਸੇ ਗੁਰਦੁਆਰੇ ਦਾ ਨੀਂਹ ਪੱਥਰ ਰੱਖਣ ਦਿੱਤਾ ਹੋਵੇਗਾ। ਮਹਾਰਾਜ ਨੇ ਸੇਵਾ ਬਖਸ਼ੀ, ਮੈਨੂੰ ਮੇਰੇ ਸਾਥੀਆਂ ਨੇ ਸਾਥ ਦਿੱਤਾ, ਕੰਮ ਕਰਦਿਆਂ 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 ਮਹਾਰਾਜ ਨੇ ਸਿਗਲੀ ਘਰ ਸਮਾਜ ਅੱਗੇ ਲੈ ਕੇ ਖੜ੍ਹਾ ਕਰ ਦਿੱਤਾ। ਉਹਨਾਂ ਦਾ ਸਰਵੇ ਕੀਤਾ, ਉਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਪੂਰੇ ਮਹਾਰਾਸ਼ਟਰਾ ਦਾ, ਤੇਲੰਗਾਨਾ ਦਾ 20-25 ਲੱਖ ਲੋਕ ਮੇਰੇ ਨਾਲ ਜੁੜੇ ਹਨ। ਰੁਪਈਆ ਮੇਰੇ ਕੋਲ ਇੱਕ ਨਹੀਂ ਹੁੰਦਾ, ਲੇਕਿਨ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿਹੜੇ ਕੰਮ ਕਿੱਥੋਂ ਹੋ ਕੇ ਹੋ ਜਾਂਦੇ ਹਨ। ਅਸੀਂ ਉਹਨਾਂ ਸਿੱਖਾਂ ਦਾ ਕੰਮ ਕਰਦੇ ਹਾਂ, ਅਸੀਂ ਇੱਥੇ ਵੀ ਆ ਕੇ ਚਾਹੁੰਦੇ ਹਾਂ ਕਿ ਅਸੀਂ ਵੀ ਆਪਣੇ ਬੱਚਿਆਂ ਦਾ ਕੰਮ ਕਰੀਏ। ਅਸੀਂ ਕਿਉਂ, ਅਸੀਂ ਆਪਣੀ ਪੰਜਾਬੀ ਤੋਂ, ਅਸੀਂ ਸਿੱਖੀ ਤੋਂ ਕਿਉਂ ਦੂਰ ਹੋ ਗਏ ਹਾਂ? ਜੇ ਅਸੀਂ ਬਾਹਰ ਬੈਠੇ ਸਿੱਖਾਂ ਨੂੰ ਜੋੜ ਸਕਦੇ ਹਾਂ, ਕੀ ਗੱਲ ਤੁਸੀਂ ਸਿੱਖੋ ਕਿਉਂ ਨਹੀਂ ਆਪਣੇ ਇੱਕ ਦੂਜੇ ਨਾਲ ਜੁੜ ਸਕਦੇ? ਕਿਉਂ ਸਾਰੇ ਪੰਜਾਬੀ ਭੁੱਲ ਗਏ? ਇੰਟਰਨੈਸ਼ਨਲ ਸਕੂਲ ਆਏ ਪੰਜਾਬ ਦੀ ਧਰਤੀ 'ਚ ਆਏ ਨਾ, ਉਹਦੇ ਵਿੱਚ ਸਕੂਲ ਦੀ ਮੈਨੇਜਮੈਂਟ ਦੀ ਕੋਈ ਉਹਦੇ ਵਿੱਚ ਕੋਈ ਉਹਨਾਂ ਦੀ ਗਲਤੀ ਨਹੀਂ ਹੈ, ਕੋਈ ਸਰਕਾਰ ਦੀ ਗਲਤੀ ਨਹੀਂ ਹੈ, ਇੱਥੇ ਪੇਰੈਂਟਸ ਅਵੇਸਲੇ ਹਨ। ਸਰਕਾਰ ਕਿੰਨੇ ਬਣਾਈ? ਅਸੀਂ ਬਣਾਈ। ਜੇ ਅਸੀਂ ਪੇਰੈਂਟਸ ਹੀ ਪੰਜਾਬੀ ਨਹੀਂ ਬੋਲਣੀ ਚਾਹਾਂਗੇ, ਅਸੀਂ ਸਿੱਖੀ ਸੰਭਾਲਣੀ ਨਹੀਂ ਚਾਹਾਂਗੇ, ਸਾਡੀਆਂ ਔਰਤਾਂ ਸਰਦਾਰ ਬੱਚਿਆਂ ਦੇ ਨਾਲ ਚੱਲਣਾ ਨਹੀਂ ਚਾਹੁੰਗੀਆਂ। ਕਈ ਇਸ ਤਰ੍ਹਾਂ ਦੇ ਸਾਡੇ ਕੋਲ ਬੱਚੇ ਆਉਂਦੇ ਹਨ, ਅਸੀਂ ਬੱਚੇ ਆਪਣੇ ਵਿਆਹੇ ਆ, ਅਸੀਂ ਵਿਆਹੁੰਦੇ ਹਾਂ, ਅਸੀਂ ਪੰਜਾਬ, ਅਸੀਂ ਸੋਚਦੇ ਹਾਂ ਕਿ ਮਹਾਰਾਜ ਸਾਡੀ ਧਰਤੀ, ਅਸੀਂ ਉਹਦੇ ਨਾਲ ਜੁੜੀਏ, ਲੇਕਿਨ ਅਸੀਂ ਪੰਜਾਬ ਰਿਸ਼ਤੇ ਨਹੀਂ ਕਰਾਂਗੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਝੂਠ ਪੰਜਾਬ ਦੇ ਵਿੱਚ ਬੋਲਿਆ ਜਾਂਦਾ ਹੈ। ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੀ, ਸਾਡੀ ਪੀਰਾਂ ਦੀ ਧਰਤੀ ਸੀ। ਇਹ ਸਾਰਾ ਕੁਛ ਕਿਉਂ ਅਸੀਂ ਕੀਤਾ? ਕਿਉਂਕਿ ਅਸੀਂ ਸੌਂ ਗਏ ਸੀ। ਸੁੱਤਿਆਂ ਦੇ ਘਰਾਂ 'ਚ ਚੋਰੀ ਹੁੰਦੀ ਹੈ, ਜਾਗਦਿਆਂ ਦੇ ਘਰਾਂ ਦੇ ਵਿੱਚ ਕਦੀ ਚੋਰੀ ਨਹੀਂ ਹੁੰਦੀ। ਅਸੀਂ ਇੰਨੀ ਗੂੜੀ ਨਿੰਦੇ ਸੁੱਤੇ, ਅਸੀਂ ਬਜ਼ੁਰਗਾਂ ਨੂੰ, ਅਰੇ ਸਿੱਖੋ ਸਭ ਤੋਂ ਜ਼ਿਆਦਾ ਤੁਹਾਡੇ ਪੇਰੈਂਟਸ ਅੱਜ ਅਨਾਥ ਆਸ਼ਰਮ ਦੇ ਵਿੱਚ ਰੁਲਦੇ ਆ। ਕਿਉਂ ਅਸੀਂ ਸਾਰੀਆਂ ਚੀਜ਼ਾਂ ਭੁਲਾਈਆਂ? ਅਸੀਂ ਜੜ੍ਹ ਤੋਂ ਵੱਖਰੇ ਹੋਏ। ਜਦੋਂ ਜੜ੍ਹ ਜ਼ਮੀਨ ਤੋਂ ਵੱਖਰੀ ਹੁੰਦੀ ਹੈ ਤਾਂ ਸਾਰਾ ਬੂਟਾ ਨੀਚੇ ਡਿੱਗ ਜਾਂਦਾ। ਅਸੀਂ ਦੇਖਦੇ ਹਾਂ ਵੱਡੇ ਵੱਡੇ ਬੋਰਡ ਡਿੱਗ ਜਾਂਦੇ ਹਨ ਜਦੋਂ ਜੜ੍ਹ ਥੱਲੇ ਨਹੀਂ ਰਹਿੰਦੀ। ਅਸੀਂ ਬੋਰਡ ਸੀ, ਪੂਰੀ ਦੁਨੀਆ ਦਾ ਅਸੀਂ ਬੋਰਡ ਸੀ। ਸਾਡੀਆਂ ਜੜ੍ਹਾਂ ਦੇ ਵਿੱਚ ਤੇਜ਼ਾਬ ਤੇ ਪਾਇਆ ਗਿਆ, ਲੇਕਿਨ ਤੇਜ਼ਾਬ ਦੇ ਉੱਤੇ ਪਾਣੀ ਵੀ ਅਸੀਂ ਆਪ ਹੀ ਪਾਇਆ ਹੋਰ ਡੂੰਘਾ ਕਰਨ ਵਾਸਤੇ।
जे असी इकट्ठे होंदे असी अपनी माँ दे नाल जुड़े रहिंदे ते साडे नाल अज आ हाल नहीं होना सी। शायद हो सकदा तुहानूं पंजाब दे विच बैठिआं इन्हां चीज़ां दा ना पता होए जो असी तुहाडे वास्ते महसूस करदे हाँ, लेकिन तुसी बहुत बुरी तरह रुल गए हो, सिखो बहुत बुरी तरह रुले हुए हो। इदां ही साडियां दस्तारां रुलियां होईआं हन। जदों बीबियां अगे हो के काम कर दिया हन, अरविंदर कौर ने 2 साल पहला मैनू दिल्ली भी बुलाया सी। असी मैनू इदां लगता शायद मैं एक बीबी हाँ कि जिहड़ी एक औरत एक दरिया की तरह समुंदर की तरह होंदी है, ये सारिया कमांडा औरतों के हथां दे विच आ जाणियां चाहीदियां हुण। बंदियां ने जो करना सी कर लिया, जो इन्होंने पग्गां रोलनियां सी रोल लईआं, लेकिन असी ये सोचते हैं कि सिर्फ एक औरत घर की दुआरी तक है, औरत घर तो बाहर रह के बहुत कुछ कर सकती है। हुण औरतां नूं अगे लैके आउण दा समां आ गया। मैं तो कहनी हाँ गुरद्वारे प्रबंधक कमेटियां दे विच जे 10 बंदे प्रबंधक हन ते 6 जनानियां होणियां चाहीदियां, 4 बंदे होने चाहीदे हन। श्री अकाल। साडा थाणा गोड़बंदर रोड सारियां बीबियां, पहला गुरद्वारा मैनूं लगदा पूरी दुनिया दे विच जिथे सारा काम बीबियां करदियां हन। वीर साडा साथ दिंदे हन, मेरे नाल खलोंदे हन सारे। किथे किथे तक असीं जांदे हां, लेकिन ये बीबियां नूं असीं अगे लैके आवांगे तो बहुत कुछ हो सकता है, क्योंकि ये विषय बहुत वड्डे हन, टाइम बहुत चाहीदे हन। लेकिन असीं ये चाहुंदे हां कि असीं अपने पंजाब दे नाल जुड़िए, पंजाब नूं बचा के रखिए, सारे हमला मारीए। जे साडी पंजाबी माँ बोली बचेगी साडा पंजाब बचेगा। जिस तरह फतेह चैनल ने अज शुरुआत की है, मैं कहनी हाँ हर पिंड नूं इस शुरुआत करनी चाहिए, बुला बुला के इन्हां नूं क्या साडे पिंड विच प्रोग्राम करिए। सानूं गली महल्लियां तो प्रोग्राम चालू करने चाहिए हैं, जिदा बॉम्बे दे विच मराठी लोग नुक्कड़ प्रोग्राम बहुत करते हैं, वो अपनी मराठी भाषा नूं अगे करन वास्ते बहुत छोटे छोटे प्रोग्राम करते हैं। सानूं उन्हां प्रोग्रामां की जरूरत है। सारिआं दा फतेह चैनल दा, इत्थे बैठिआं दा, सरोतिआं दा, सारिआं दा धन्नवाद। यह साडा दुख है जो साडा दुख बाहर आउंदा है, किसी नूं परसनल कोई गल नहीं कही, लेकिन जो पंजाब दे हालात हैं वो दसे गए हैं, जो असीं महसूस करते हाँ। इन्नियां ही गल्लां दे नाल, तिखियां ते मिठियां गल्लां दे नाल सारिआं दा तहि दिल तों धन्नवाद। वाहिगुरू जी का खालसा, वाहिगुरू जी की फतेह।